ਤੁਸੀਂ ਰਿਮੋਟ ਨਾਲ ਚੱਲਦਾ ਐਰੋ ਮਾਡਲ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਇੱਕ ਬਿਜਲੀ ਦੀ ਮੋਟਰ ਇੱਕ ਸਟੈਰੋਫੋਮ ਦੇ ਮਾਡਲ ਉੱਪਰ ਲੱਗੀ ਹੈ। ਇੱਕ ਢੱਕਣ ਵਾਲਾ ਐਲੀਵੇਟਰ ਪੂੰਛ ਦੇ ਸਿਰੇ 'ਤੇ ਹੈ। ਇਸ ਦੀ ਸ਼ਮਤਾ 3 ਕਿਲੋਮੀਟਰ ਤੱਕ ਉੱਡਣ ਦੀ ਹੈ। ਇਸ ਮਾਡਲ ਨੂੰ ਰਿਮੋਟ 'ਤੇ ਲੱਗੇ ਬਟਨਾਂ ਨਾਲ ਸੰਤੁਲਿਤ ਕੀਤਾ ਜਾ ਸਕਦਾ ਹੈ। ਇਸ ਦਾ ਰਡਰ ਖੱਬੇ ਸੱਜੇ ਮੁੜਦਾ ਹੈ ਅਤੇ ਐਲੀਵੇਟਰ ਉੱਪਰ ਨੀਚੇ। ਇਸ ਤਰ੍ਹਾਂ ਐਲੀਅਰੋਨਸ ਪੂਰੀ ਪਰਾਂ ਉੱਪਰ ਹਨ, ਜਿਸ ਕਰਕੇ ਪਰਾਂ ਨਾਲ ਜਹਾਜ਼ ਮੁੜ ਸਕਦਾ ਹੈ। ਬਿਜਲੀ ਦੀ ਮੋਟਰ ਬਹੁਤ ਜ਼ਿਆਦਾ ਗਤੀ ਵਾਲੀ ਹੈ। ਇੱਕ ਬੱਚਾ ਜਹਾਜ਼ ਨੂੰ ਫੜਦਾ ਹੈ ਅਤੇ ਹਵਾ ਵਿੱਚ ਛੱਡਦਾ ਹੈ। ਇਸ ਨੂੰ ਉੱਪਰ ਨੀਚੇ ਖੱਬੇ ਸੱਜੇ ਕਰ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਮਾਡਲ ਆਕਾਸ਼ ਵਿੱਚ ਉੱਡਦਾ ਹੈ। ਇੱਕ ਛੋਟਾ ਕੈਮਰਾ ਇਸ ਜਹਾਜ਼ ਉੱਪਰ ਲਗਾਇਆ ਜਾ ਸਕਦਾ ਹੈ। ਇਹ ਇਸ ਉੱਪਰ ਲਗਾਏ ਕੈਮਰੇ ਨਾਲ ਬਣਾਈ ਨਜ਼ਾਰੇ ਦੀ ਵੀਡੀਓ ਹੈ। ਇਹ ਦ੍ਰਿਸ਼ ਪੁਣੇ ਯੂਨੀਵਰਸਿਟੀ ਦਾ ਹੈ ਅਤੇ ਇਹ ਹੈ ਉਸਦਾ ਉੱਪਰਲਾ ਹਵਾਈ ਨਜ਼ਾਰਾ। ਅੰਤ ਜਹਾਜ਼ ਨੀਚੇ ਥੋੜ੍ਹੀ ਉੱਪਰ ਉਬੜ ਖਾਬੜ ਨਿਮਾਣ ਵੱਲ ਹੁੰਦਾ ਹੋਇਆ ਨੀਚੇ ਗਿਰਦਾ ਹੈ।